ਇੱਕ ਚਲਦੀ ਬੱਸ ਦੇ ਉੱਤੇ ਚੱਟਾਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਈ ਸਵਾਰੀਆਂ ਬੱਸ ਦੇ ਵਿੱਚ ਜ਼ਖਮੀ ਹੋਈਆਂ ਨੇ ਅਤੇ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਡਰਾਈਵਰ ਅਤੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਲਵਾ ਜੋ ਹੈ, ਲੈਂਡਸਲਾਈਡ ਜੋ ਹੈ, ਲਗਾਤਾਰ ਅਜਿਹੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਇਸੇ ਵਿਚਕਾਰ ਇਹ ਵੱਡਾ ਸੜਕ ਹਾਦਸਾ ਮੰਡੀ ਹਿਮਾਚਲ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਹਿਮਾਚਲ ਰੋਡਵੇਜ਼ ਦੀ ਬੱਸ ਜਦੋਂ ਜਾ ਰਹੀ ਸੀ ਰੋਡ ਦੇ ਉੱਤੇ ਤਾਂ ਅਚਾਨਕ ਹੀ ਉੱਪਰੋਂ ਇੱਕ ਵੱਡੀ ਚੱਟਾਨ ਡਿੱਗ ਜਾਂਦੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਭਿਆਨਕ ਸੜਕ ਹਾਦਸਾ ਵਾਪਰਿਆ। ਹਿਮਾਚਲ ਰੋਡਵੇਜ਼ ਦੀ ਬੱਸ ਦੇ ਉੱਤੇ ਅਚਾਨਕ ਹੀ ਆ ਕੇ ਚੱਟਾਨ ਡਿੱਗੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਰਾਤ ਨੂੰ 11:30 ਵਜੇ ਦੇ ਕਰੀਬ ਇਹ ਵੱਡਾ ਹਾਦਸਾ ਵਾਪਰਿਆ। ਹਾਲਾਂਕਿ ਜੋ ਸਵਾਰੀਆਂ ਸੀ ਉਹਨਾਂ ਨੂੰ ਅਗਲੀ ਬੱਸ ਜੋ ਹੈ ਮੰਗਵਾ ਕੇ ਸਪੈਸ਼ਲ ਰਵਾਨਾ ਕੀਤਾ ਗਿਆ। ਤਾਂ ਵੱਡੀ ਖਬਰ ਮੰਡੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਬੱਸ ਦੇ ਉੱਤੇ ਵੱਡੀ ਚੱਟਾਨ ਡਿੱਗੀ ਆ। ਹਾਲਾਂਕਿ ਇਹ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੱਸੀ ਜਾ ਰਹੀ ਹੈ, ਜਿਸ ਦੇ ਉੱਪਰ ਚੱਟਾਨ ਡਿੱਗੀ ਆ ਅਤੇ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਅਤੇ ਇਸੇ ਦੌਰਾਨ ਇਸ ਬੱਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ 9 ਮੀਲ ਦੇ ਉੱਤੇ ਇਹ ਹਾਦਸਾ ਵਾਪਰਿਆ, ਜਿੱਥੇ ਕਿ ਅਚਾਨਕ ਹੀ ਇੱਕ ਵੱਡੀ ਚੱਟਾਨ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਬੱਸ ਦੇ ਉੱਤੇ ਡਿੱਗੀ ਹੈ। ਕਿਉਂਕਿ ਆਏ ਵਾਰੀ ਕਿਹਾ ਜਾਂਦਾ ਤਾਂ ਬਰਸਾਤ ਤੋਂ ਪਹਿਲਾਂ ਜੋ ਪ੍ਰਸ਼ਾਸਨ ਹੈ ਉਸਦੇ ਵੱਲੋਂ ਜੋ ਚੱਟਾਨਾਂ ਨੇ ਗਿਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਹਟਾ ਦਿੱਤਾ ਜਾਂਦਾ, ਪਰ ਇਸ ਵਾਰ ਬਿਲਕੁਲ ਵੀ ਅਜਿਹਾ ਕੁਝ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਇਹ ਵੱਡਾ ਸੜਕ ਹਾਦਸਾ ਵਾਪਰ ਗਿਆ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਮੰਡੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ। ਇੱਕ ਚਲਦੀ ਬੱਸ ਦੇ ਉੱਤੇ ਚੱਟਾਨ ਡਿੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਕਾਰਨ ਕਈ ਸਵਾਰੀਆਂ ਬੱਸ ਦੇ ਵਿੱਚ ਜ਼ਖਮੀ ਹੋਈਆਂ ਨੇ ਅਤੇ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਇਸ ਦੇ ਨਾਲ ਹੀ ਡਰਾਈਵਰ ਅਤੇ ਕੰਡਕਟਰ ਦੇ ਵੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਤਾਂ ਲਗਾਤਾਰ ਪਹਾੜਾਂ ਦੇ ਵਿੱਚ ਹੋ ਰਹੀ ਭਾਰੀ ਬਰਸਾਤ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮਲਵਾ ਜੋ ਹੈ, ਲੈਂਡਸਲਾਈਡ ਜੋ ਹੈ, ਲਗਾਤਾਰ ਅਜਿਹੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਅਤੇ ਹੁਣ ਇਸੇ ਵਿਚਕਾਰ ਇਹ ਵੱਡਾ ਸੜਕ ਹਾਦਸਾ ਮੰਡੀ ਹਿਮਾਚਲ ਦੇ ਵਿੱਚ ਵਾਪਰਿਆ, ਜਿੱਥੇ ਕਿ ਇੱਕ ਹਿਮਾਚਲ ਰੋਡਵੇਜ਼ ਦੀ ਬੱਸ ਜਦੋਂ ਜਾ ਰਹੀ ਸੀ ਰੋਡ ਦੇ ਉੱਤੇ ਤਾਂ ਅਚਾਨਕ ਹੀ ਉੱਪਰੋਂ ਇੱਕ ਵੱਡੀ ਚੱਟਾਨ ਡਿੱਗ ਜਾਂਦੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਚੰਡੀਗੜ੍ਹ ਮਨਾਲੀ ਹਾਈਵੇ ਦੇ ਉੱਤੇ ਭਿਆਨਕ ਸੜਕ ਹਾਦਸਾ ਵਾਪਰਿਆ। ਹਿਮਾਚਲ ਰੋਡਵੇਜ਼ ਦੀ ਬੱਸ ਦੇ ਉੱਤੇ ਅਚਾਨਕ ਹੀ ਆ ਕੇ ਚੱਟਾਨ ਡਿੱਗੀ ਹੈ, ਜਿਸ ਦੇ ਕਾਰਨ ਕਈ ਸਵਾਰੀਆਂ ਜ਼ਖਮੀ ਹੋਈਆਂ ਨੇ। ਰਾਤ ਨੂੰ 11:30 ਵਜੇ ਦੇ ਕਰੀਬ ਇਹ ਵੱਡਾ ਹਾਦਸਾ ਵਾਪਰਿਆ। ਹਾਲਾਂਕਿ ਜੋ ਸਵਾਰੀਆਂ ਸੀ ਉਹਨਾਂ ਨੂੰ ਅਗਲੀ ਬੱਸ ਜੋ ਹੈ ਮੰਗਵਾ ਕੇ ਸਪੈਸ਼ਲ ਰਵਾਨਾ ਕੀਤਾ ਗਿਆ ਹੈ। ਤਾਂ ਵੱਡੀ ਖਬਰ ਮੰਡੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਬੱਸ ਦੇ ਉੱਤੇ ਵੱਡੀ ਚੱਟਾਨ ਡਿੱਗੀ ਆ। ਹਾਲਾਂਕਿ ਇਹ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਦੱਸੀ ਜਾ ਰਹੀ ਹੈ, ਜਿਸ ਦੇ ਉੱਪਰ ਚੱਟਾਨ ਡਿੱਗੀ ਆ ਅਤੇ ਬੱਸ ਦਾ ਅਗਲਾ ਹਿੱਸਾ ਬੁਰੇ ਤਰੀਕੇ ਦੇ ਨਾਲ ਨੁਕਸਾਨਿਆ ਗਿਆ। ਅਤੇ ਇਸੇ ਦੌਰਾਨ ਇਸ ਬੱਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਦੱਸ ਦਈਏ ਕਿ 9 ਮੀਲ ਦੇ ਉੱਤੇ ਇਹ ਹਾਦਸਾ ਵਾਪਰਿਆ, ਜਿੱਥੇ ਕਿ ਅਚਾਨਕ ਹੀ ਇੱਕ ਵੱਡੀ ਚੱਟਾਨ ਕਿਹਾ ਜਾ ਰਿਹਾ ਹੈ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਬੱਸ ਦੇ ਉੱਤੇ ਡਿੱਗੀ ਹੈ। ਕਿਉਂਕਿ ਆਏ ਵਾਰੀ ਕਿਹਾ ਜਾਂਦਾ ਤਾਂ ਬਰਸਾਤ ਤੋਂ ਪਹਿਲਾਂ ਜੋ ਪ੍ਰਸ਼ਾਸਨ ਹੈ ਉਸਦੇ ਵੱਲੋਂ ਜੋ ਚੱਟਾਨਾਂ ਨੇ ਗਿਰਨ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਹਟਾ ਦਿੱਤਾ ਜਾਂਦਾ, ਪਰ ਇਸ ਵਾਰ ਬਿਲਕੁਲ ਵੀ ਅਜਿਹਾ ਕੁਝ ਨਹੀਂ ਕੀਤਾ ਗਿਆ, ਜਿਸ ਦੇ ਕਾਰਨ ਇਹ ਵੱਡਾ ਸੜਕ ਹਾਦਸਾ ਵਾਪਰ ਗਿਆ। ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਤਾਂ ਮੰਡੀ ਦੇ ਵਿੱਚ ਇਹ ਭਿਆਨਕ ਹਾਦਸਾ ਵਾਪਰਿਆ।